ਅੱਛਾ ਅੱਛਾ ਇਹ 5 ਮਿੰਟ ਦੇਖੋ ਮੈਂ ਸੋਚ ਰਿਹਾ ਕਿ ਚਰਚ ਜਾਵਾਂ ਕਿ ਨਾ ਜਾਵਾਂ ਯਾਰ ਚੱਲਾ ਤਾਂ ਮੈਂ ਵੀ ਮੰਦਰ ਨੂੰ ਸੀ ਮੈਂ ਕਿਹਾ ਚੱਲ ਪੂਜਾ ਪਾਠ ਕਰ ਆਈਏ ਇਹੀ ਡਰ ਮੇਰੇ ਜ਼ਿਹਨ 'ਚ ਵੀ ਹੈ ਓਏ ਛੋਟੇ ਛੋਟੇ ਦੀ ਬੰਬ ਧਮਾਕਾ ਹੋ ਗਿਆ ਤੇ ਮੈਂ ਤਾਂ ਮਾਰਿਆ ਜਾਵਾਂਗਾ ਮੇਰੇ ਤਾਂ ਨਿੱਕੇ ਨਿੱਕੇ ਬੱਚੇ ਨੇ परेशान पे नजर आते हो तोते छोटे पे ने यार अज इतवार का दिन है मैं सोच रहा सा कि चर्च जावा कि ना जावा यही गल मेरे नाल मैं भी यही सोचन दिया ਕਿ ਮੰਦਰ ਜਾਵਾਂ ਜਾਂ ਨਾ ਜਾਵਾਂ ਉੱਥੇ ਕੀ ਬੰਬ ਧਮਾਕਾ ਹੋ ਗਿਆ ਮੈਂ ਮਰ ਗਿਆ ਅਤੇ ਮੇਰੇ ਬੱਚੇ ਮੇਰੇ ਬਾਜੂ ਕੀ ਕਰਨਗੇ ਬਾਬਾ ਜੀ ਦੀ ਮਿਹਰ ਤਾਂ ਬੜੀ ਹੈ ਮੁਹੱਬਤ ਉਹਨਾਂ ਦੀ ਖਿੱਚੀ ਰੱਖਦੀ ਮੈਂ ਵੀ ਗੁਰਦੁਆਰੇ ਚੱਲਾਂ ਸਾਂ ਮੱਥਾ ਟੇਕਣ ਪਰ ਤੁਹਾਡੀਆਂ ਗੱਲਾਂ ਸੁਣ ਕੇ ਮੇਰੇ ਦਿਲ 'ਚ ਖਿਆਲ ਉਭਰਿਆ ਹੈ ਕਿ ਮੈਂ ਅਗਰ ਮੰਦਰ 'ਚ ਜਾ ਗੁਰਦੁਆਰੇ ਗਿਆ ਤਾਂ ਮੈਨੂੰ ਉੱਥੇ ਕੁਛ ਹੋ ਗਿਆ ਅਤੇ ਮੇਰੇ ਘਰ ਦੇ ਵੀ ਵੀ ਇਹ ਸੋਚਣ ਡਿਆ ਪਰ ਕੋਈ ਨਹੀਂ ਖੁਦਾ ਦਾ ਨਾਂ ਲੈਣਾ ਹੁਣ ਮੈਂ ਵੀ ਇਹ ਸੋਚ ਰਿਹਾ ਤੁਹਾਡੀਆਂ ਗੱਲਾਂ ਦੀ ਵਜ੍ਹਾ ਤੋਂ ਕਿ ਮੈਂ ਗੁਰਦੁਆਰੇ ਜਾਵਾਂ ਕਿ ਨਾ ਜਾਵਾਂ ਅਸਲਾਮ ਵਾਲੇਕੁਮ ਭਾਈਓ ਵਾਲੇਕੁਮ ਸਲਾਮ ਕੀ ਹਾਲ ਨੇ ਬੜੇ ਪਰੇਸ਼ਾਨ ਜੇ ਲੱਗਦੇ ਹੋ ਕੀ ਗੱਲ ਹੈ ਮੂੰਹ ਤੁਹਾਡੇ ਉਤਰੇ ਨੇ ਗੱਲ ਕੀ ਹੋਈ ਹੈ ਇਹ ਸਾਰਾ ਯਾਰ ਮੈਂ ਤਵਾਰ ਤਾਂ ਦੇਣਾ ਹੈਗਾ ਸੀ ਮੈਂ ਸੋਚ ਰਿਹਾ ਤਾਂ ਕਿ ਜਦ ਜਾਵਾਂ ਜਾਂ ਨਾ ਜਾਵਾਂ ਮੈਂ ਵੀ ਇਸੇ ਗੱਲ ਤੋਂ ਹੀ ਅੱਜ ਬੜਾ ਹੀ ਪਰੇਸ਼ਾਨ ਹਾਂ ਮੈਂ ਘਰੋਂ ਨਿਕਲਿਆ ਵਾਂ ਮਸਜਿਦ ਜਾਣ ਲਈ ਲੇਕਿਨ ਸਮਝ ਨਹੀਂ ਆਉਂਦੀ ਇਹ ਪੁਲਸਾਂ ਇਹ ਸਿਕਿਉਰਟੀਆਂ ਵੇਖ ਕੇ ਡਰ ਜਿਹਾ ਇੱਕ ਲੱਗਦਾ ਹੈ ਇਹ ਦਹਿਸ਼ਤਗਰਦੀ ਕਿਤੇ ਬੰਬ ਧਮਾਕੇ ਨਾ ਹੋ ਜਾਏ ਕੋਈ ਬੜਾ ਇੱਕ ਨਾ ਅਜੀਬ ਜਿਹਾ ਡਰ ਫੈਲਿਆ ਹੋਇਆ ਸਾਡੇ ਵਿੱਚ ਹੁਣ ਦਿਲ ਕਰਦਾ ਮੈਂ ਮਸਜਿਦ ਜਾਵਾਂ ਜਾਂ ਨਾ ਜਾਵਾਂ ਕੋਈ ਸਮਝ ਨਹੀਂ ਆਉਂਦੀ ਦੱਸੋ ਫਿਰ ਕੀ ਕਰੀਏ ਕਿੱਧਰ ਜਾਈਏ ਤੁਸੀਂ ਦੱਸੋ ਧਾਰਮ ਜਾਣ ਤੂੰ ਠੀਕ ਕਹਿਣਾ ਪਿਆ ਇਹ ਬਹੁਤ ਜਿਹੜਾ ਸਾਡੇ ਦੇ ਤਾਰੀ ਹੋ ਗਿਆ ਨਾ ਇਹ ਸਾਨੂੰ ਲੈ ਕੇ ਰੁਕਦਾ ਉਸਦੀ ਵਜ੍ਹਾ ਤੋਂ ਸਮਝ ਨਹੀਂ ਆਉਂਦੀ ਕਿ ਅਸੀਂ ਆਪਦੀ ਆਪਦੀ ਦਵਾ ਨਮਾਜ਼ ਕਰਨ ਜਾਈਏ ਇੱਕ ਨਾ ਜਾਈਏ ਬਹੁਤ ਹੀ ਖੌਫ ਜਿਹਾ ਤਾਰੀ ਹੋ ਗਿਆ ਕੋਈ ਸਮਝ ਨਹੀਂ ਆਉਂਦੀ ਖੈਰ ਬਈ ਖੈਰ ਅੱਜ ਤੇ ਸਾਰੇ ਭਰਾ ਇਕੱਠੇ ਹੋਏ ਨੇ ਮੇਰੇ ਹੈਂ ਅੱਜ ਖੈਰ ਨਾ ਇਕੱਠੇ ਹੋਏ ਜੇ ਇਹਨੇ ਬੜੇ ਮੁਬਾਰਕ ਦੇਣੇ ਅੱਜ ਇਕੱਠੇ ਸਾਰੇ ਤੁਹਾਡੇ ਮਤਲਬ ਇਕੱਠੇ ਨੇ ਪਰ ਮੂੰਹ ਤੁਹਾਡੇ ਉਤਰੇ ਨੇ ਕੀ ਰੌਲਾ ਹੈ ਕੀ ਮਸਲਾ ਮੈਨੂੰ ਦੱਸੋ ਬਸ ਸਰ ਜੀ ਥੋੜ੍ਹੀ ਟੈਨਸ਼ਨ ਨੇ ਕਿ ਇਹ ਜਿਹੜੀ ਦਹਿਸ਼ਤਗਰਦੀ ਹੈ ਇਹਨੇ ਸਾਨੂੰ ਡਰਾ ਕੇ ਰੱਖ ਦਿੱਤਾ ਸਾਨੂੰ ਸਮਝ ਨਹੀਂ ਆਉਂਦੀ ਕਿ ਅਸੀਂ ਚਰਚਾਂ 'ਚ ਮਸਜਿਦਾਂ 'ਚ ਗੁਰਦੁਆਰਿਆਂ 'ਚ ਜਾਈਏ ਜਾਂ ਨਾ ਜਾਈਏ ਕੋਈ ਸਮਝ ਨਹੀਂ ਆਉਂਦੀ ਇਹ ਦਹਿਸ਼ਤਗਰਦੀ ਜਿਹੜੀ ਹੈ ਨਾ ਇਹ ਨਾ ਤੁਹਾਡੀ ਹੈ ਨਾ ਸਾਡੀ ਹੈ ਦਹਿਸ਼ਤਗਰਦ ਦਾ ਕੋਈ ਮਜ਼ਹਬ ਨਹੀਂ ਜੇ ਅੱਜ ਅਸੀਂ ਆਏ ਹਾਂ ਇੱਥੇ ਅਤੇ ਅਸੀਂ ਇਹ ਦੱਸਣਾ ਹੈ ਕਿ ਵੀ ਦਹਿਸ਼ਤਗਰਦੀ ਜਿਹੜੀ ਹੈ ਉਹਦਾ ਕੋਈ ਮਜ਼ਹਬ ਨਹੀਂ ਨਾ ਉਹ ਮੰਦਰ ਵੇਚਦੀ ਨਾ ਮਸਜਿਦ ਵੇਚਦੀ ਨਾ ਗਿਰਜਾ ਗਿਰਜਾ ਵੇਚਦੀ ਪਰ ਅਸੀਂ ਅੱਜ ਇਹ ਅਹਿਦ ਕਰਨਾ ਔਰ ਦੱਸਣਾ ਕਿ ਦਹਿਸ਼ਤਗਰਦ ਸਾਡੇ ਤੋਂ ਉੱਤੇ ਨਹੀਂ ਅਸੀਂ ਇੱਕ ਪਰਚਮ ਦੇ ਸਾਏ ਥੱਲੇ ਚਾਰੇ ਮਜ਼ਹਬ ਇੱਕ ਹਾਂ ਸਾਰੇ ਭੈਣ ਭਰਾ ਵਾਂ ਅਸੀਂ ਪਿਆਰ ਅਤੇ ਅਮਨ ਦਾ ਪੈਗਾਮ ਦੇਣ ਆਏ ਹਾਂ ਭਾਈ ਜੀ ਤੁਸੀਂ ਤਾਂ ਸਾਡੀਆਂ ਅੱਖਾਂ ਖੋਲ੍ਹ ਦਿੱਤੀਆਂ ਇਹੀ ਕੁਰਾਨ ਪਾਕ ਦੇ ਵਿੱਚ ਵੀ ਇਹੀ ਲਿਖਿਆ ਯਾਰ ਬਾਈਬਲ 'ਚ ਵੀ ਇਹੀ ਲਿਖਿਆ ਖੁਦਾ ਦੇ ਦਸ ਹੁਕਮ ਨਹੀਂ ਪੜ੍ਹੇ ਕਿ ਤੂੰ ਖੂਨ ਨਾ ਕਰੀਂ ਅਤੇ ਕੁਰਾਨੇ ਪਾਕ 'ਚ ਵੀ ਇਹੀ ਲਿਖਿਆ ਕਿ ਜਿਹੜਾ ਇੱਕ ਇਨਸਾਨ ਦਾ ਕਤਲ ਕਰਦਾ ਉਹ ਪੂਰੀ ਇਨਸਾਨੀਅਤ ਦਾ ਕਤਲ ਕਰਦਾ ਅਤੇ ਇਹਨਾਂ ਤੋਂ ਇੱਕ ਮੈਨੂੰ ਸੌਂਗ ਯਾਦ ਆਇਆ ਪਾਕਿਸਤਾਨ ਕੋ ਬਚਾਉਣਾ ਹੈ ਫਟਕੇ ਹੂੰ ਕੋ ਘਰ ਲਾਣਾ ਹੈ ਇੱਕ ਹੀ ਆਦਮ ਕੇ ਬੇਟੇ ਹੈ ਸਭ ਕੋ ਯੇ ਪੈਗਾਮ ਸੁਣਾਨਾ ਹੈ ਪਾਕਿਸਤਾਨ ਕੋ
کو گھر لانا ہے ایک ہی آدم کے بیٹے ہیں سب کو یہ پیغام سنانا ہے پاکستان زندہ باد پاکستان زندہ باد پاکستان زندہ باد سارے مل کر کریں پاکستان کو بچانا ہے کوئی نہیں ہے دشمن یہاں سینے سے سب کو لگانا ہے کوئی نہیں ہے دشمن یہاں سینے سے سب کو لگانا ہے پاکستان زندہ باد پاکستان زندہ باد پاکستان زندہ باد پاکستان کو بچانا ہے پاکستان کو بچانا ہے لو جی سارے پاکستانی ہیں اقرار کے نعرہ لاواں گے پاکستان زندہ باد